ਮੇਰੇ ਨਾਲ ਮੁਲਤਾਨ ਸਰਕਾਰ ਸ਼ਮਸ ਕੋਲ ਇੱਕ ਵੋਟੀ ਪੁਨਣ ਵਾਸਤੇ ਸੂਰਜ ਕਰੀ ਬੁਲਾਇਆ ਬੰਦੇ ਪੈਰੀ ਬਹਿ ਕੇ ਆਖਿਆ ਸ਼ਮਸ ਤੇਰੀ ਕਿਆ ਬਾਤ ਹੈ ਤੇਰੇ ਜੈਸਾ ਇੱਕ ਨਹੀਂ ਸਾਡੀ ਨਜ਼ਰ ਚ ਤੂੰ ਨਾ ਆਵੇ ਤੇਰੀ ਨਜ਼ਰ ਚ ਐਸੀ ਕੋਈ ਹਸਤੀ ਹੈ ਜਿਹਦੇ ਜੈਸਾ ਕੋਈ ਨਾ ਹੋਵੇ ਉੱਠੇ ਸਰਕਾਰ ਨੇ ਸ਼ਮਸ ਤੇ ਮੁਸਕੁਰਾ ਕੇ ਦਿਨੋ ਸਾਰੇ ਜਗ ਨੂੰ ਮੈਂ ਵੇਖਿਆ ਮੇਰੀ ਕਸਮ ਹੈ ਕਿਬਰੀਆ।
محتاج نہ کر جڑے بندے علی سردار دے علی سردار دے پتراں دے فضائل چ خوش ہو ماں حسین دی تونوں کسے دا محتاج نہ کرے ویکھنا میرے والے پاسے میں شعر مکمل کر رہا ہوں
जिक्र लांदा पिया
Yeah.
घर पल पहुंचता सही तेन की मैं नजारा नहीं ਜਿਹੜੀ ਮਿਹਨਤ
ਮੇਰੇ ਦਰਦ ਦੇ ਦੀ ਪਈ ਆਈ ਹੈ ਗੈਰਤ ਵਾਲਿਓ ਮੇਰੇ ਇਮਾਮ ਨੇ ਦੀ ਕੁਹਾਨ ਨਾ ਲਾਇਆ ਹੋਇਆ ਹੈ ਸ਼ਿਮਰਾ ਦੇ ਧੀ ਨੂੰ ਆ ਬੁਲਾਏ ਜਾਂ ਆ ਪਾਈਏ ਸੈਦਾ ਦਾ ਹਯਾ ਕਰ ਮਾਪਿਆਂ ਦੀ ਔਖੀ ਬਣ ਜੇ ਧੀਆਂ ਬੁਲਾਈਆਂ ਨਹੀਂ ਲੈਣੀਆਂ ਆਦੇ ਤੂੰ ਟੋਲ ਸਿਆ ਮੈਂ ਟੋਲਾ ਸੈਦਾ ਦਾ ਕੰਢ ਕਰ ਮੈਂ ਟੁਰੇਂਦਾ ਇਮਾਮ ਫਰਮਾਇਆ ਸਕੀਨਾ ਟੁਰਵਾਈ ਮੇਰੀ ਸੈਣ ਫਰਮਾਇਆ ਬਾਬਾ ਇੰਝ ਨਹੀਂ ਮੰਨਣਾ ਮੈਂ ਸੱਤਾ ਕਦਮਾਂ ਤੇ ਖਲੋਵੇ ਨਹੀਂ ਆ ਇਸ ਦਿਨ ਮਾਰ ਕੇ ਟੁਰ ਵੈਸੀ ਮੈਂ ਅਬੂ ਜ਼ਰ ਦੀ ਧੀ ਵਾਂਗੂ ਤੇਰੇ ਹੱਥ ਤੇ ਪੈਰ ਬੜੇ ਸਾਂ ਸ਼ਬੀਰ ਫਰਮਾਇਆ ਕੁਝ ਵੀ ਹੋ ਜੇ ਮੇਰੇ ਕੋਲ ਨਾ ਖਲੋ ਧੀ ਸੱਤਾ ਕਦਮਾਂ ਤੇ ਖਲੋ ਗਈ ਹੈ ਸ਼ਬੀਰ ਫਰਮਾਇਆ ਉਹ ਕਮੀਨਾ ਤੈ ਮਾਰਨਾ ਹੈ ਮੈਂ ਮਰੀ ਬਣਾ ਹੈ ਮਿਹਰਬਾਨੀ ਕਰਨ ਦੇ ਡੀ ਢੱਲਣ ਦੇ ਰਾਤ ਜੰਮਣ ਦੇ ਉਹ ਮੇਰੀਆਂ ਭੇੜਾਂ ਮੈਨੂੰ ਕੁਸਦਾ ਨਾ ਵੇਖਣਾ ਦੇ ਨਹੀਂ ਤੇਰੇ ਚਿੱਟੇ ਡੀ ਮਾਰਨਾ ਤੇ ਹੁਣੇ ਮਾਰਨਾ ਹੈ ਸੈਦਾ ਦਾ ਮਿਹਰਬਾਨੀ ਕਰ ਇੱਥੇ ਖਲੋ ਕੇ ਨਾ ਮਾਰ ਇੱਥੇ ਖਲੋ ਕੇ ਮਾਰ ਮੇਰੀਆਂ ਤਰੋਂ ਭੇੜਾਂ ਦੀ ਨੀਂਦ ਮੇਰੀ ਗਰਦਨ ਤੇ ਆਦਾ ਨਹੀਂ ਇੱਥੇ ਖਲੋ ਕੇ ਮਾਰ ਨਾ ਸੈਦਾ ਦਾ ਬਸ ਨਮਾਜ਼ ਪੜ੍ਹਨ ਦੇ ਆਦਾ ਚਾ ਕਲਵਾ ਦਾ ਪੜ ਨਮਾਜ਼ ਜੇ ਬਚੇ ਦੀ ਆਈ ਹੈ ਗੱਲ ਤਾਰੇ ਮੇਰੇ ਆਕਾ ਸ਼ਬੀਰ ਨੇ ਸਰ ਸਜਦੇ ਚ ਰੱਖਿਆ ਹੈ ਮੇਰਾ ਸੈਦਾ ਤਸ਼ਰੀਫ ਫਰਮਾ ਦੇ ਦੁੱਖ ਤਮਾਮ ਕਰ ਦੇ ਇਸ ਕੁੱਤੇ ਦੇ ਬੱਚੇ ਨੇ ਧੀ ਦਾ ਮੇਰੇ ਪਿਓ ਨੂੰ ਪਹਿਲੀ ਸਰਬ ਮਾਰ ਲਿਆ ਸਦਕੇ 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 ਗੱਲ ਤਾਰੇ ਤੁਹਾਡੇ ਦਰਬ ਤੇ ਲੱਗਣਾ ਇਹਦੀ ਪਿਓ ਦੇ ਉੱਤੇ ਆ ਛੜੀ ਹੈ ਅਕਲ ਮਾਰ ਕੇ ਅੜੀ ਜਾਏ ਜੋ ਨਾ ਮਾਰ ਯਾਰ ਲੈ ਖੰਜਰ ਚਲਾ ਉਹ ਧੀਆ ਦੇ ਸਾਹਮਣੇ ਪਿਓਆਂ ਨੂੰ ਮਰਹਬਾ ਮਰਹਬਾ ਭੈਣਾਂ ਦੇ ਪਰਦੇ ਸਲਾਮਤ ਹੋਣੀ ਮਾਂ ਹੁਸੈਨ ਦੀ ਰੰਗ ਲਾਵੀ ਯਾਰ ਤਾਲਿਓ ਦਰਬਾਂ ਵੱਧਦੀਆਂ ਲੱਗੀਆਂ ਆਈਆਂ ਵੱਧਦੀਆਂ ਲੱਗੀਆਂ ਆਈਆਂ ਨਬੀ ਟਿੱਬਾ ਛੱਡਦੇ ਗਏ ਧੀ ਰਲਦੀ ਲੱਗੀ ਆਈ ਏ ਗੱਲ ਤਾਲ ਮੇਰੀ ਸੈਣ ਦੀ ਆਵਾਜ਼ ਹੀ ਇੰਜ ਨਾ ਮਾਰ ਧੀਆਂ ਦੇ ਸਾਹਮਣੇ ਪਿਓਆਂ ਨੂੰ ਨਹੀਂ ਮਾਰੀਦਾ ਉਹਦਾ ਚੱਕਰ ਅੱਲਾ ਜਾਣੇ ਉਹ ਬੰਦਾ ਕਿਹੜਾ ਜਿਹੜਾ ਹੱਥ ਵੀ ਰੱਖਦਾ ਹੈ ਤੇ ਸੀਨੇ ਤੇ ਨਹੀਂ ਲਿਆਉਂਦਾ ਬੰਦਾ ਐਸਾ ਪੜਨ ਲੱਗਾ ਪੱਥਰ ਤੇ ਬੜਾ ਪਾਣੀ ਬਾਹਰ ਆ ਜਾਵੇ ਤੂੰ ਤੇ ਮੋਮਨ ਇੱਥੇ ਆਇਆ ਵੀ ਰੋਣ ਵਾਸਤੇ ਉਹ ਗੱਲ ਤਾਲ ਇਮਾਮ ਹੁਸੈਨ ਨੂੰ ਸਰਬਾਂ ਮਾਰਨੀਆਂ ਛੱਡੀਆਂ ਹਨ ਸ਼ਹਿਰਾਂ ਦਾ ਥੱਲੋਂ ਪੱਥਰ ਚਾਇਆ ਹੈ ਪੱਥਰ ਤੇ ਦਰਬ ਮਾਰੀਏ ਕੰਮ ਕਿਹੜਾ ਕੀਤਾ ਕੀਤਾ ਕਾਤਲ ਖੰਜਾਰ ਦਾ ਮੂੰਹ ਜ਼ਖਮੀ ਉਹ ਮਕਤੂਲ ਦੇ ਕੋਲ ਖਲੋ ਗਏ ਆਦੇ ਸਾਡ ਚਾਇ ਆਪਣੇ ਹਾਇਓ ਵੀਰ ਗਾਜ਼ੀ ਨੂੰ ਮੇਰੇ ਖੰਜਰ ਨੂੰ ਆੜ ਕੇ ਰੋ ਕੇ ਹੁਣ ਸੱਤਰ ਸੁਣੀ ਤੇਰਵੀਂ ਜ਼ਰਬ ਚਲਾਈਏ ਕੁਰਾਨ ਦੋ ਟੁਕੜੇ ਹੋ ਗਿਆ ਮਰਹਬਾ 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 ਇਹਨਾਂ ਦੇ ਪਰਦੇ ਸਲਾਮਤ ਹੋਣੀ ਹਾਏ ਕਰ ਕਰੋ ਨਾਲ ਇਨਸ਼ਾਅੱਲਾ ਆਪਣੇ ਕੰਮ ਚ ਕਦੀ ਵੀ ਹਾਏ ਨਾ ਕਰੇ ਗੱਲ ਤਾਰੇ ਉਹ ਕਮੀਨੇ ਤੇਰਵੀਂ ਜ਼ਰਬ ਚਲਾਈਏ ਕੁਰਾਨ ਦੋ ਟੁਕੜੇ ਹੋ ਗਿਆ ਹੈ ਇਸ ਕਮੀਨੇ ਨੇ ਮੇਰੇ ਆਕਾ ਸ਼ਬੀਰ ਦੀਆਂ ਜ਼ੁਲਫਾਂ 'ਚ ਹੱਥ ਪਾਇਆ ਹੈ ਉਹ ਨਾ ਜ਼ੁਲਫਾਂ 'ਚ ਹੱਥ ਪਾਇਆ ਜਿਨ ਮਾਂ ਚੁੰਮਦੀ ਨਾ ਹੀ ਖੱਟਦੀ ਇੱਕ ਵਾਰ ਟੁੱਟ ਪਵੇ ਆ ਮਾਂ ਸਾਰਾ ਸਾਰਾ ਡੀ ਰੋਇਆ ਗੱਲ ਤਾਰੇ ਉਹ ਸਰ ਚਾ ਕੇ ਡੁੱਲ ਪਿਆ ਹੈ ਪਿੱਛੇ ਧੀ ਝੋਲੀ ਬਣਾਈ ਹੈ ਹੱਕਲ ਮਾਰ ਕੇ ਆਦੀ ਮਾਂ ਤਲੇ ਸਰ ਮੈਨੂੰ ਦੇ ਗਰੀਬ ਦੀਆਂ ਭੈਣ ਦਰਦ ਵੇਖਦੀਆਂ ਪਈਆਂ ਇਸ ਕਮੀ ਨੇ ਸਰ ਨਹੀਂ ਦਿੱਤਾ ਅਲੀ ਦੀ ਪੋਤਰੀ ਨੂੰ ਜਲਾ ਲਾਇਆ